ਕਹਿਣਾ ਕਿ ਜਿਹੜਾ ਕਿਸਾਨਾਂ ਨੇ ਧਰਨਾ ਲਾਇਆ ਸੀਗਾ ਇਹਨਾਂ ਦਾ ਇੱਕ ਸੂਰਜਮੁਖੀ ਜਿਹੜਾ ਉਹ ਨਕਲੀ ਬੀਜ ਕਰਕੇ ਇਹਨਾਂ ਦਾ ਫਸਲ ਦਾ ਨੁਕਸਾਨ ਹੋ ਗਿਆ ਸੀਗਾ ਉਹਦਾ ਹੱਲ ਕੀਤਾ ਸੀ ਥੋੜਾ ਜਿਹਾ ਹੱਲ ਦੇਰੀ ਨਾਲ ਹੋਇਆ ਅਸੀਂ ਹੋਰ ਕਈ ਮੁੱਦੇ ਹੀ ਉਹਨਾਂ 'ਚ ਬੜੇ ਰੁੱਝੇ ਰਹੇ ਪਰ ਤੁਸੀਂ ਸਭ ਨੇ ਦੇਖਿਆ ਹੋਣਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਖੇਤੀਬਾੜੀ ਲਈ ਪੰਜਾਬ ਦੇ ਕਿਸਾਨਾਂ ਲਈ ਕਿੰਨਾ ਸੋਚਦੇ ਆ ਪਿਛਲੇ ਦਿਨਾਂ 'ਚ ਕਿੰਨੇ ਮਸਲੇ ਉਹਨਾਂ ਨੇ ਸਾਡੇ ਹੱਲ ਕੀਤੇ ਆ ਸੋ ਅੱਜ ਅਸੀਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਉਹ ਮੰਨ ਲਈਆਂ ਔਰ ਕਿਸਾਨ ਸਾਡੇ ਨਾਲ ਸਹਿਮਤ ਹੋਇਆ ਹੁਣੇ ਹੀ ਉਹ ਆਪਣਾ ਧਰਨਾ ਜਿਹੜਾ ਉਹ ਉਠਾ ਲੈਣਗੇ ਇਸ ਕਰਕੇ ਮੈਂ ਇਹੀ ਜਾਣਕਾਰੀ ਮੈਂ ਤੁਹਾਡੇ ਰਾਹੀਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਦੇਣਾ ਚਾਹੁੰਦਾ ਸੀਗਾ ਕਿ ਰਾਜਪੁਰੇ ਦੇ ਚੌਂਕ 'ਚ ਲੱਗਾ ਧਰਨਾ ਜਿਹੜਾ ਉਹ ਅੱਜ ਉੱਠ ਗਿਆ ਅੱਜ ਇਸੇ ਤਰ੍ਹਾਂ ਸਾਰੀਆਂ ਮੰਗਾਂ ਕਿਸਾਨਾਂ ਨੇ ਜਿੰਨੀਆਂ ਮੰਗਾਂ ਰੱਖੀਆਂ ਸੀਗੀਆਂ ਕਿਸਾਨ ਲੀਡਰਾਂ ਨੇ ਜਿੰਨੀਆਂ ਮੰਗਾਂ ਰੱਖੀਆਂ ਸੀ ਸਾਰੀਆਂ ਮੰਗ ਦੁਕਾਨਦਾਰਾਂ ਖਿਲਾਫ ਜਿਹੜਾ ਹੋਊ ਤੇ ਉਹ ਪਰਚਾ ਦੇ ਮੈਂ ਕਿਹਾ ਜੀ ਬਿਲਕੁਲ ਕਾਨੂੰਨੀ ਕਾਰਵਾਈ ਪੰਜਾਬ ਦੇ ਅੰਦਰ ਜਿਹੜਾ ਬੰਦਾ ਨਕਲੀ ਬੀਜ ਨਕਲੀ ਖਾਦਾਂ ਨਕਲੀ ਦਵਾਈਆਂ ਵੇਚੂਗਾ ਹਰ ਇੱਕ ਦੇ ਖਿਲਾਫ ਜਿਹੜਾ ਉਹ ਐਕਸ਼ਨ ਹੋਊਗਾ ਸਖਤ ਕਾਨੂੰਨੀ ਕਾਰਵਾਈ ਵੱਡੀ ਦੀਗੀ ਇਹ ਬਹੁਤ ਛੋਟੀ ਗੱਲ ਹੈ ਮੈਂ ਆਪਣੇ ਪਰਿਵਾਰ 'ਚ ਜਾਣਾ ਮੈਂ ਆਪਣੀਆਂ ਭੈਣਾਂ ਬੈਠੀਆਂ ਉਹਨਾਂ ਕੋਲ ਆਉਣਾ ਆਪਣੇ ਭਰਾਵਾਂ ਕੋਲ ਆਪਣੇ ਬਜ਼ੁਰਗਾਂ ਕੋਲ ਮੈਂ ਕਿਹਾ ਚਲੋ ਮੈਂ ਚੱਲਦਾ ਕੋਈ ਗੱਲ ਨਹੀਂ ਮੈਂ 2 ਮਿੰਟ ਲਾ ਕੇ ਕਿਹੜੀ ਗੱਲ ਹੈ ਤੁਸੀਂ ਇੰਨੇ ਚਿਰ ਦੇ ਬੈਠੇ ਹੋ ਤੁਸੀਂ 4 ਮਹੀਨਿਆਂ ਦੇ ਬੈਠੇ ਹੋ ਤੇ ਮੈਂ 2 ਮਿੰਟ ਤੁਹਾਡੇ ਧਰਨੇ 'ਚ ਨਹੀਂ ਆ ਸਕਦਾ ਨਾ 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 ਕੋਈ ਗੱਲ ਨਹੀਂ ਭੈਣ ਜੀ ਤੁਹਾਡੇ ਭਰਾ ਆ ਤੁਹਾਡੇ ਪੁੱਤਰ ਆ ਘਬਰਾਓ ਨਾ ਮਾਨ ਸਾਹਿਬ ਵੀ ਤੁਹਾਡਾ ਪੁੱਤ ਹੈ ਸਮਝਦੇ ਕਿ ਸਰਕਾਰ ਤੁਹਾਡੀ ਸਭ ਮਸਲੇ ਹੱਲ ਹੋਣਗੇ ਤੁਸੀਂ ਘਬਰਾਓ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ